मैं एमएलए हां, मैं ऑन ड्यूटी हां। की गाल गड्डी तुहानू की गलत बोलिया सर? सर गल उतर जा थले। ਮੋਲਕ ਸਿੰਘ, ਤੁਹਾਡੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਉਸ ਦੇ ਵਿੱਚ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਖੜੇ ਨੇ, ਤੁਹਾਡਾ ਵਾਦ ਵਿਵਾਦ ਚੱਲ ਰਿਹਾ ਹੈ, ਕਹਿੰਦੇ ਗਾਲੀ ਗਲੋਚ ਕੀਤੀ ਹੈ ਤੁਸੀਂ। ਦੇਖੋ ਸਰ, ਮੈਂ ਜੀ ਜਾਓਗੇ ਨਾ ਫਿਰ ਗੜਬੜ ਹੋ ਜਾਏਗੀ। ਕੋਈ ਚੱਕਰ ਨਹੀਂ ਯਾਰ, ਮੇਰੀ ਵਾਈਫ ਸੇ ਬਦਤਮੀਜ਼ੀ, ਵਾਈਫ ਸੇ ਵੀ ਬਦਤਮੀਜ਼ੀ ਕੀਸ ਨੇ ਮੇਰੀ। ਭਾਈ ਮੈਂ ਕਿਸੇ ਨਾਲ ਕੋਈ ਗਾਲੀ ਗਲੋਚ ਨਹੀਂ ਕੀਤੀ। ਵੀਡੀਓ ਦਾ ਸਾਡੇ ਨਾਲ ਉਦੋਂ ਵਿਧਾਇਕ ਮੋਲਕ ਸਿੰਘ ਜੁੜ ਚੁੱਕੇ ਨੇ। ਮੋਲਕ ਸਿੰਘ, ਤੁਹਾਡੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਉਸ ਦੇ ਵਿੱਚ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਖੜੇ ਨੇ, ਤੁਹਾਡਾ ਵਾਦ ਵਿਵਾਦ ਚੱਲ ਰਿਹਾ ਹੈ, ਕਹਿੰਦੇ ਗਾਲੀ ਗਲੋਚ ਕੀਤੀ ਹੈ ਤੁਸੀਂ। ਨਹੀਂ, ਮੈਂ ਕਿਸੇ ਨਾਲ ਕੋਈ ਗਾਲੀ ਗਲੋਚ ਨਹੀਂ ਕੀਤੀ ਜੀ, ਤੇ ਨਾ ਹੀ ਉਹ ਕਿਤੇ ਵੀਡੀਓ ਦੇ ਵਿੱਚ ਦੇਖਦਾ ਵੀ ਮੈਂ ਗਾਲ ਕੱਢ ਰਿਹਾ ਕਿਸੇ ਨੂੰ। ਦੂਜੀ ਗੱਲ ਇਹ ਆ, ਜਿਵੇਂ ਉੱਥੇ ਚੈਕਿੰਗ ਵਾਸਤੇ ਉਹ ਖੜੇ ਸੀਗੇ, ਜਿਵੇਂ ਸਾਰਿਆਂ ਨੂੰ ਰੋਕ ਰਹੇ ਸੀ, ਸਾਨੂੰ ਰੋਕ ਲਿਆ, ਅਸੀਂ ਵੀ ਖੜ ਗਏ। ਡਾਕੂਮੈਂਟ ਚੈੱਕ ਕਰੋ, ਗੱਡੀ ਚੈੱਕ ਕਰਨੀ ਗੱਡੀ ਚੈੱਕ ਕਰ ਲੋ। ਇੰਨੇ ਨੂੰ ਮੇਰੇ ਨਾਲ ਜਿਹੜਾ ਗਨਮੈਨ ਸੀ ਉਹਨੇ ਕਿਹਾ ਜੀ ਐਮਐਲਏ ਸਾਹਿਬ ਨੇ, ਤੇ ਉਹ ਬਸ ਮਤਲਬ ਇਸ ਗੱਲ ਤੋਂ ਹੀ ਭੜਕ ਗਏ। ਕਹਿੰਦੇ ਐਮਐਲਏ ਫਿਰ ਕੀ ਹੋ ਗਿਆ, ਛੱਤੀ ਫਿਰਦੇ ਆ, ਉਹ ਮੂੰਹ ਚ ਬੜਬੜਾਉਂਦੇ, ਗਾਲਾਂ ਜਿਹੀਆਂ ਦਿੰਦੇ ਪਾਸੇ ਨੂੰ ਜਾ ਵੜੇ। ਇੰਨੇ ਨੂੰ ਜਿਹੜੇ ਉਹਦੇ ਨਾਲ ਦੋ ਮੁਲਾਜ਼ਮ ਸੀ ਉਹਨਾਂ ਦੇ, ਉਹਨਾਂ ਨੇ ਵਿਚਾਰਿਆਂ ਨੇ ਆ ਕੇ ਮੇਰੇ ਤੋਂ ਅਪੋਲੋਜਾਈਜ਼ ਕੀਤਾ। ਤੁਸੀਂ ਵੀਡੀਓ ਜੀ ਵੇਖੋਗੇ, ਇੱਕ ਬੰਦਾ ਮੇਰੇ ਕੋਲੇ ਖੜਾ ਬਾਰੀ ਚ, ਉਹ ਇਹੀ ਕਹਿ ਰਿਹਾ ਸੀ, ਕਹਿੰਦਾ ਜੀ ਕੋਈ ਨੀ ਸਰ, ਅਸੀਂ ਮਾਫ਼ੀ ਮੰਗਦੇ ਆ, ਇਹਨਾਂ ਦਾ ਬੀਪੀ ਵਗੈਰਾ ਵੱਧ ਜਾਂਦਾ, ਸੋ ਟੈਂਸ਼ਨ ਆਉਂਦੀ ਆ, ਤੇ ਤੁਸੀਂ ਕੋਈ ਨੀ ਚਲੇ ਜਾਓ। ਇਹਨੇ ਨੂੰ ਉਹ ਮੋਬਾਈਲ ਲੈ ਕੇ ਆਪਦਾ ਮੇਰੇ ਕੋਲੇ ਆ ਗਏ, ਮਤਲਬ ਆਏ ਵੀਡੀਓ ਜੀ ਬਣਾਉਂਦੇ। ਮੈਂ ਉਹਨਾਂ ਦਾ ਹੱਥ ਨਾਲ ਮੋਬਾਈਲ ਥੱਲੇ ਕੀਤਾ, ਮੈਂ ਕਿਹਾ ਜੀ ਮੈਂ ਕੋਈ ਭੱਜਿਆ ਜਾਂਦਾ ਜਾਂ ਮੈਂ ਕੋਈ ਕ੍ਰਿਮੀਨਲ ਆ, ਗੈਂਗਸਟਰ ਆ, ਜਾਂ ਮੈਂ ਇੱਥੇ ਕੋਈ ਵਾਰਾਗਰਦੀ ਕਰ ਰਿਹਾ, ਤੁਸੀਂ ਵੀਡੀਓ ਕਾਹਦੀ ਇਸ ਤੇ ਬਣਾ ਰਹੇ? ਕੋਈ ਕੋਈ ਗੱਲ ਹੈਗੀ ਆ ਤਾਂ ਉਹਦਾ ਰੀਜ਼ਨ ਵੀ ਹੋਣਾ ਚਾਹੀਦਾ। ਇੰਨੀ ਕੁ ਗੱਲ ਹੋਈ ਆ, ਉਦੋਂ ਮਗਰੋਂ ਵੀ ਉਹਨਾਂ ਦੇ ਵਿਚਾਰੇ ਮੁਲਾਜ਼ਮ ਕਹਿੰਦੇ ਜੀ ਤੁਸੀਂ ਜਾਓ। ਮੈਂ SSP ਚੰਡੀਗੜ੍ਹ ਨੂੰ ਉਸੇ ਟਾਈਮ ਫੋਨ ਲਾਤਾ ਸੀ, ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਮੈਂ ਕਿਹਾ ਇਹਨਾਂ ਨੂੰ ਕਾਇੰਡਲੀ ਸਿਖਾਓ ਵੀ ਜਦੋਂ ਕੋਈ ਚੁਣਿਆ ਵਾ ਨੁਮਾਇੰਦਾ ਹੁੰਦਾ ਉਹਦੇ ਨਾਲ ਪ੍ਰੋਟੋਕਾਲ ਚ ਰਹਿ ਕੇ ਕਿਵੇਂ ਗੱਲ ਕਰਨੀ ਹੈ। ਸੋ ਮੈਂ ਜੇ ਇਹਨਾਂ ਨੂੰ ਦੱਸਣ ਤੋਂ ਬਾਅਦ ਵੀ ਇਹਨਾਂ ਨੇ ਮੇਰੇ ਨਾਲ ਐਵੇਂ ਬਿਹੇਵ ਕੀਤਾ ਤੇ ਆਮ ਲੋਕਾਂ ਨਾਲ ਕਿਵੇਂ ਕਰਦੇ ਹੋਣਗੇ? ਜਦੋਂ ਉਹਨਾਂ ਨੇ ਰੋਕ ਲਿਆ ਤੇ ਅਸੀਂ ਖੜ ਕੇ ਗੱਡੀ ਚੈੱਕ ਕਰਾ ਦੀ, ਮੈਂ ਤੇ ਮੇਰੀ ਵਾਈਫ ਇਕੱਲੇ ਸੀਗੇ, ਅਸੀਂ ਕਈ ਵਾਰੀ ਆਪ ਵੀ ਜਾ ਵੜਦੇ, ਮੈਂ ਨਹੀਂ ਵੀ ਲਿਜਾਂਦਾ ਗਨਮੈਨ, ਤੋਂ ਅਸੀਂ ਮੈਂ ਕਿਹਾ ਜੀ ਡਾਕੂਮੈਂਟ ਵਗੈਰਾ ਚੈੱਕ ਕਰ ਲੋ, ਤੁਸੀਂ ਗੱਡੀ ਚੈੱਕ ਕਰ ਲੋ। ਮੈਂ ਦੱਸਿਆ ਨੀ ਇਹਨਾਂ ਨੂੰ ਉਦੋਂ MLA ਆ, ਤੇ ਇਹਨਾਂ ਨੇ ਗੱਡੀ ਡਾਕੂਮੈਂਟ ਵਗੈਰਾ ਵੇਖ ਕੇ ਸਾਨੂੰ, ਅਸੀਂ ਇੱਥੇ ਖੜੇ ਰਹੇ, ਮੇਰੀ ਵਾਈਫ ਨੇ ਕਿਹਾ ਜੀ ਸਾਨੂੰ ਜਾਣ ਦਿਓ ਕਾਇੰਡਲੀ ਵੀ ਮੇਰੀ ਤਬੀਅਤ ਨੀ ਠੀਕ। ਕਹਿੰਦੇ ਕੋਈ ਨੀ, ਫਿਰ ਮੈਂ ਇਹਨਾਂ ਨੂੰ ਕਿਹਾ ਜੀ ਮੈਂ MLA ਆ, ਕੋਈ ਚੋਰ ਜਾਂ ਗੈਂਗਸਟਰ ਜਾਂ ਕੁਛ ਹੋਰ ਨੀ ਗਾ। ਉਦੋਂ ਵੀ ਇਹ ਕਹਿ ਦੀ ਗਏ, ਉਦਣ ਵੀ ਕਹਿੰਦੇ ਫਿਰ ਕੀ ਹੋ ਗਿਆ, MLA ਦਾ ਤਾਂ ਵੀ ਹੁੰਦਾ ਗੱਲ ਕੀਤੀ, ਪਰ ਉਹਨਾਂ ਨੇ ਖੜਾਉਣ ਦਾ, ਪਰੇਸ਼ਾਨ ਕਰਨ ਦਾ ਮੈਨੂੰ ਮਤਲਬ ਸਮਝ ਨੀ ਆਇਆ। ਉਦੋਂ ਵੀ ਅਸੀਂ ਉੱਥੋਂ ਚੱਲ ਗਏ, ਫਿਰ ਜਦੋਂ ਇਹ ਗੱਲ ਕਰਦੇ ਪਏ ਸੀ ਮੈਨੂੰ ਉਦੋਂ ਵੀ ਚੇਤੇ ਆਇਆ, ਮੈਂ ਕਿਹਾ ਇਹਨਾਂ ਨੇ ਮੇਰੀ ਵਾਈਫ ਨਾਲ ਉਦੋਂ ਵੀ ਬਦਤਮੀਜ਼ੀ ਕੀਤੀ ਸੀ। ਕੀ ਤੁਸੀਂ ਉਹ ਪਹਿਲਾ ਜਿਹੜਾ ਇੰਸੀਡੈਂਟ ਹੋਇਆ ਮੁਲਕ ਜੀ, ਕੀ ਤੁਸੀਂ ਉਦੋਂ ਚੰਡੀਗੜ੍ਹ SSP ਜਾਂ ਬਾਕੀ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ? ਨਹੀਂ, ਉਦੋਂ ਨੀ ਮੈਂ ਕੋਈ ਗੱਲ ਕੀਤੀ। ਮੈਂ ਉਦੋਂ ਥੋੜਾ ਜਿਹਾ, ਇੱਕ ਤਾਂ ਵਾਈਫ ਦੀ ਤਬੀਅਤ ਨੀ ਠੀਕ ਸੀਗੀ, ਮੈਨੂੰ ਆਇਆ ਸੀਗਾ ਵੀ ਜਲਦੀ ਅਸੀਂ ਜਾਣਾਗਾ ਘਰੇ, ਕੋਈ ਦਵਾਈ ਬੂਟੀ ਲੈਣੀ ਆ। ਸੋ ਮੈਂ ਹੁਣ ਵੀ ਨੀ, ਮੈਂ ਤਾਂ SSP ਨੂੰ ਕੰਪਲੇਂਟ ਕੀਤੀ, ਮੈਂ ਤਾਂ ਉਹਨਾਂ ਨੂੰ ਜਸਟ ਇਹੀ ਕਿਹਾ ਵੀ ਕਈ ਵਾਰੀ ਪੁਲਿਸ ਨਾ ਪਰੇਸ਼ਾਨ ਹੁੰਦੀ ਆ ਜੀ, ਇਹਨਾਂ ਦੀਆਂ ਡਿਊਟੀਆਂ ਹਾਰਡ ਹੁੰਦੀਆਂ, ਕਈ ਵਾਰੀ ਘਰੋਂ ਪਰੇਸ਼ਾਨੀ ਹੁੰਦੀ ਆ, ਫੈਡ ਅਪ, ਕਿਉਂਕਿ ਅੱਧੀ ਪੁਲਿਸ ਅੱਜ ਕੱਲ ਦਵਾਈਆਂ ਖਾਂਦੀ ਆ ਜੀ, ਠੀਕ ਹੈ, ਅੱਧੀ ਪੁਲਿਸ ਨੂੰ ਪਰੇਸ਼ਾਨੀ ਹੁੰਦੀ ਆ ਵੀ ਕਿਉਂਕਿ ਡਿਊਟੀ ਦਿਨ ਰਾਤ ਕਰਨੀ ਹੁੰਦੀ ਆ ਇਹਨਾਂ ਨੇ, ਪਰ ਫਿਰ ਵੀ ਇਹਨਾਂ ਨੂੰ ਇਹ ਗੱਲ ਜ਼ਰੂਰ ਸਮਝਾਓ ਵੀ ਕਿਸੇ ਚੁਣੇ ਹੋਏ ਨੁਮਾਇੰਦੇ ਨਾਲ ਕਿਵੇਂ ਗੱਲ ਕਰੀ ਜੀ। ਪਰ ਇਹ ਗੱਲ ਕਹਿ ਕੇ ਮੈਡਮ ਨੂੰ ਬਸ ਗੱਲ ਖਤਮ ਕਰਤੀ ਸੀ ਆਪ ਦੀ। ਪਰ ਜਿਸ ਤਰੀਕੇ ਦੇ ਨਾਲ ਵਿਰੋਧੀ ਹੁਣ ਗੱਲਾਂ ਕਰ ਰਹੇ ਨੇ, ਤੁਹਾਡੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ, ਕਿਹਾ ਜਾ ਰਿਹਾ ਕਿ ਇਹ ਬਦਲਾਵ ਹੈ, ਕਿ ਕਿਸ ਤਰੀਕੇ ਦਾ ਬਦਲਾਵ ਆ, ਕਿਸ ਤਰੀਕੇ ਦਾ ਵਤੀਰਾ ਪੁਲਿਸ ਮੁਲਾਜ਼ਮਾਂ ਨਾਲ MLA ਕਰ ਰਹੇ ਨੇ? ਨਹੀਂ, ਪੁਲਿਸ ਮੁਲਾਜ਼ਮ ਨਾਲ ਅਸੀਂ ਤਾਂ ਕੋਈ ਗਲਤ ਉਹਨਾਂ ਨਾਲ ਕੀਤਾ ਨੀ, ਜਾਂ ਉਹਨਾਂ ਨੂੰ ਕੋਈ ਧੱਕਾ ਮੁੱਕੀ ਉਹਨਾਂ ਨਾਲ ਕੀਤੀ ਆ, ਜਾਂ ਉਹਨਾਂ ਨੂੰ ਕੋਈ ਉਹਨਾਂ ਦੀ ਵਰਦੀ ਨੂੰ ਹੱਥ ਪਾਇਆ, ਜਾਂ ਇਹੋ ਜਿਹੀ ਤਾਂ ਕੋਈ ਗੱਲ ਹੋਈ ਨੀ।
ਅਸੀਂ ਤਾਂ ਮੂੰਹ ਨਾਲ ਗੱਲ ਕਰ ਰਹੇ ਹਾਂ, ਉਹ ਮੂੰਹ ਨਾਲ ਉਹ ਗੱਲ ਸੁਣ ਰਹੇ। ਵਿਕਰਮ ਚਲੋ ਸਿੰਘ ਵਤੀਰਾ ਤਾਂ ਹੁਣ ਜੇ ਮੰਨ ਲਓ ਕੋਈ ਆਮ ਬੰਦਾ ਹੈ ਜੀ, ਤੇ ਉਹਨੇ ਆਪਦੀ ਗੱਲ ਰੱਖਣੀ ਆ ਕਿਸੇ ਨੂੰ, ਮੁਲਾਜ਼ਮ ਨੂੰ, ਨਾ ਤਾਂ ਮੇਰੇ ਤੋਂ ਕੋਈ ਡਰਦਾ ਤੇ ਨਾ ਮੈਂ ਕਿਸੇ ਤੋਂ ਡਰਦਾ, ਮੈਂ ਆਪਦੀ ਗੱਲ ਤਾਂ ਉਹਦੇ ਨਾਲ ਕਰਨੀ ਹੈ ਨਾ। ਵਿਕਰਮ ਸਿੰਘ ਮਜੀਠੀਆ ਵਾਇਰਲ ਕਰ ਰਹੇ ਨੇ ਤੁਹਾਡੀ ਵੀਡੀਓ ਤੇ, ਉਹ ਟਿੱਪਣੀ ਕਰ ਰਹੇ ਨੇ, ਸੁਖਪਾਲ ਸਿੰਘ ਖਹਿਰਾ ਟਿੱਪਣੀ ਕਰ ਰਹੇ ਨੇ, ਡੀਜੀਪੀ ਚੰਡੀਗੜ੍ਹ ਤੱਕ ਗੱਲ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ। ਵੇਖੋ ਜੇ ਜਿਹੜੇ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਨੂੰ ਇਹ ਵੀ ਪਤਾ ਵੀ ਮੇਰੀ ਗੱਡੀ ਨਵੀਂ ਆ, ਮੇਰੇ ਡਾਕੂਮੈਂਟ ਵੀ ਪੂਰੇ ਆ, ਮੇਰਾ ਸਾਰਾ ਕੁਝ, ਉਹਨਾਂ ਨੂੰ ਤਾਂ ਚੰਗੀ ਤਰ੍ਹਾਂ ਪਤਾ ਇਸ ਗੱਲ ਦਾ, ਤਾਂ ਉਹ ਟਿੱਪਣੀਆਂ ਕਰ ਰਹੇ ਆ ਵੀ ਇਹ ਆਏ ਬੋਲਦੇ ਆ, ਗਲਤ ਬੋਲਦੇ ਆ। ਮੈਂ ਉਹਨਾਂ ਨੂੰ ਚੇਤੇ ਦਿਵਾਉਣਾ ਚਾਹੁੰਦਾ 2017 ਤੋਂ 12 ਵਾਲੀ ਜਿਹੜੀ ਤੁਹਾਡੀ ਕਰਮ ਸੀ, ਉਹਦੇ ਵਿੱਚ ਤੁਸੀਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਖ ਮੰਤਰੀ ਨੂੰ ਗਾਲ ਕੱਢੀ ਸੀ, ਜੀ ਨਾਲ ਦੇ ਨੇ ਤੁਹਾਨੂੰ ਰੋਕਿਆ ਸੀ, ਉਦੋਂ ਤੁਹਾਡੀ ਨੈਤਿਕਤਾ ਤੇ ਉਦੋਂ ਤੁਹਾਡਾ ਜਿਹੜਾ ਸੀਗਾ ਇਹ ਬੋਲਣ ਦਾ ਤਰੀਕਾ, ਉਦੋਂ ਤੁਹਾਡਾ ਕਿੱਥੇ ਸੀ? ਸੋ ਇਸ ਚੀਜ਼ਾਂ ਸਾਨੂੰ ਨਾ ਸਿਖਾਓ ਤੁਸੀਂ। ਜੇ ਕੋਈ ਅੱਜ ਤੱਕ ਇੰਨਾ ਸਮਾਂ ਹੋ ਗਿਆ, ਇਹਨਾਂ ਨੇ ਕਦੇ ਇਹ ਗੱਲ ਨੀ ਕਹੀ ਵੀ ਪੰਜਾਬ ਸਰਕਾਰ ਨੇ ਇਹ ਫੈਸਲਾ ਜਿਹੜਾ ਪੰਜਾਬ ਦੇ ਉਲਟ ਲਿਆ, ਪੰਜਾਬ ਦੇ ਲੋਕਾਂ ਦੇ ਖਿਲਾਫ ਰਿਹਾ। ਸੋ ਇਹ ਇਹੋ ਜਿਹੀਆਂ ਹੀ ਗੱਲਾਂ ਕਰ ਸਕਦੇ ਆ, ਕਦੇ ਕਹਿ ਦਿੰਦੇ ਆ ਵਿਆਹ ਕਰਾ ਲਿਆ, ਕਦੇ ਗੱਡੀ ਲੈ ਲਈ, ਕਦੇ ਆਹਾ, ਬਸ ਇਹਨਾਂ ਕੋਲ ਇਹੀ ਮੁੱਦੇ ਆ ਤੇ ਮੈਨੂੰ ਨੀ ਲੱਗਦਾ ਵੀ ਇਹਨਾਂ ਮੁੱਦਿਆਂ ਨਾਲ ਕੋਈ ਪੰਜਾਬ ਦਾ ਭਲਾ ਹੋਊਗਾ। ਸ਼ੁਕਰੀਆ, ਸ਼ੁਕਰੀਆ ਮੋਹਨ ਜੀ। ਠੀਕ ਹੈ, ਠੀਕ ਠੀਕ ਹੈ, ਠੀਕ ਹੈ। ਇਹ ਲੱਗੀ ਹੋਈ ਹੈ ਸਰ, ਤੁਸੀਂ MLA ਹੋ ਕੇ ਧਮਕਾ ਰਹੇ ਮੈਨੂੰ? ਹਾਂਜੀ ਹਾਂਜੀ, ਮੈਂ MLA ਆ। ਹਾਂ ਹਾਂਜੀ ਹਾਂਜੀ, ਮੈਂ ਔਨ ਡਿਊਟੀ ਆ। ਹਾਂ ਹਾਂ ਹਾਂਜੀ, ਕੀ ਕੀ ਗੱਲ ਗੱਡੀ ਤੁਹਾਨੂੰ, ਕੀ ਗਲਤ ਬੋਲਿਆ ਸਰ? ਕੀ ਬੋਲਿਆ, ਕਿਵੇਂ ਬੋਲਾ, ਕੀ ਬੋਲਿਆ, ਕਿਆ ਬੋਲਣਾ ਤੁਹਾਨੂੰ, ਬੋਲੋ ਸਰ। ਸਰ ਗੱਲ ਉੱਤਰ ਯਾਰ ਥੱਲੇ ਦੇਖੋ ਯਾਰ, ਵੀਡੀਓ ਕਾ